ਸਾਡੇ ਪਹਿਲੀ ਸਭ ਤੋਂ ਪਹਿਲਾਂ ਮੁਸ਼ਕਲ ਹੈਗੀ ਹੈ ਬਾਥਰੂਮ ਦੀ। ਤੁਹਾਡੇ ਸਾਰੇ ਭਰਾਵਾਂ ਦੇ ਆਸ਼ੀਰਵਾਦ ਨਾਲ, ਪੀਐਸਟੀ ਪਰਿਵਾਰ ਦੇ ਆਸ਼ੀਰਵਾਦ ਨਾਲ ਇੱਥੇ ਬਾਥਰੂਮ ਬਣਾਇਆ ਜਾਏਗਾ। ਨੰਬਰ 2 ਜਿਹੜੀ ਪਾਣੀ ਦੀ ਸਮੱਸਿਆ, ਉਹ ਚਾਹੇ ਜਿੱਥੋਂ ਮਰਜ਼ੀ ਅਸੀਂ ਲੈ ਕੇ ਆਈਏ ਪਾਣੀ ਦੀ ਸਮੱਸਿਆ ਹੱਲ ਕਰਾਂਗੇ। ਨੰਬਰ 3 ਜਿਹੜੀਆਂ ਲਾਈਟਾਂ, ਇੱਥੇ ਲਾਈਟਾਂ ਬਹੁਤ ਘੱਟ ਨੇ, ਲਾਈਟਾਂ ਦਾ ਪ੍ਰਬੰਧ ਕੀਤਾ ਜਾਏਗਾ। 3 ਪਹਿਲਾਂ ਕੰਮ ਕੀਤੇ ਜਾਣਗੇ, ਸਾਰੀ ਐਸੋਸੀਏਸ਼ਨ ਜਿੰਨੇ ਵੀ ਮੈਂਬਰ ਨੇ, ਵੱਡੇ ਛੋਟੇ ਯੰਗ ਜਿੰਨੇ ਵੀ ਮੈਂਬਰ ਨੇ, ਉਹਨਾਂ ਸਾਰਿਆਂ ਦੇ ਸਹਿਯੋਗ ਨਾਲ ਸਾਰਾ ਕੰਮ ਕੀਤਾ ਜਾਏਗਾ। ਸਾਨੂੰ ਉਮੀਦ ਹੈ ਕਿ ਜਿਵੇਂ ਅਸੀਂ ਹਮੇਸ਼ਾ ਹੀ ਕਹਿੰਦੇ ਹਾਂ ਕਿ 1 person ਫਾਰ ਦ ਐਸੋਸੀਏਸ਼ਨ ਐਂਡ ਹੋਲ ਐਸੋਸੀਏਸ਼ਨ ਫਾਰ 1 person, ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ ਉਸ ਤੋਂ ਇਲਾਵਾ ਆਪਸੀ ਭਾਈਚਾਰੇ ਨੂੰ ਮੱਦੇਨਜ਼ਰ ਰੱਖਦੇ ਹੋਏ, ਸਾਨੂੰ ਪੂਰੀ ਉਮੀਦ ਹੀ ਹੈ, ਪੂਰਾ ਵਿਸ਼ਵਾਸ ਹੈ ਕਿ ਸਾ ਗੁਰਮੀਤ ਸਿੰਘ ਸ਼ੈਰੀ ਜੀ ਜਿਹੜੀਆਂ ਸਾਡੀਆਂ ਵਪਾਰਕ ਸਮੱਸਿਆਵਾਂ ਹਨ ਜਾਂ ਆਪਸੀ ਭਾਈਚਾਰਾ ਬਹੁਤ ਅੱਛਾ ਹੈ ਸਾਡਾ, ਉਹਨੂੰ ਅੱਗੇ ਵਧਾਉਣਗੇ। ਲੁਧਿਆਣਾ ਸੇ ਅਭਿਸ਼ੇਕ ਬਹਿਲ, ਸਿਟੀ ਹੋਮ ਨਿਊਜ਼।